ਹਰਜਿੰਦਰ ਸਿੰਘ ਸੂਰੇਵਾਲੀਆ ਦੀ ਪੁਸਤਕ ਅਦਵੀ ਚਿਹਰੇ ਦਾ ਅਗਲਾ ਰੇਖਾਚਿੱਤਰ ਹੈ। ਰਾਮ ਸਰੂਪ ਅਣਖੀ ਦਾ ਨਵੇਂ ਕਹਾਣੀਕਾਰਾਂ ਦਾ ਸਾਹਿਤਿਕ ਪਿਓ ਰਾਮ ਸਰੂਪ ਅਣਖੀ। ਪਿਛਲੀ ਸਦੀ ਦੇ 7ਵੇਂ ਦਹਾਕੇ ਦੇ ਅੱਧ ਜਏ ਤੋਂ ਪੰਜਾਬੀ ਦਾ ਕੋਈ ਵੀ ਅਖਬਾਰ ਰਸਾਲਾ ਪੜ੍ਹਨਾ ਤਾਂ ਉਸ ਵਿੱਚ ਰਾਮ ਸਰੂਪ ਅਣਖੀ ਦਾ ਲਿਖਿਆ ਕੁਝ ਨਾ ਕੁਝ ਜ਼ਰੂਰ ਨਜ਼ਰੀ ਪੈ ਜਾਣਾ। ਉਸ ਸਮੇਂ ਅਣਖੀ ਦਾ ਕਹਾਣੀਆਂ ਲਿਖਣ ਦੇ ਮਾਮਲੇ 'ਚ ਕੜ ਪਟਿਆ ਹੋਇਆ ਸੀ। ਕਹਾਣੀਆਂ ਤੋਂ ਇਲਾਵਾ ਉਹਨਾਂ ਨੇ ਅਖਬਾਰਾਂ 'ਚ ਕਈ ਕਾਲਮ ਸ਼ੁਰੂ ਕੀਤੇ ਸੀ ਉਹ ਇੰਨਾ ਛਪ ਰਹੇ ਸੀ ਕਿ ਇੱਕ ਟੋਟਕਾ ਉਹਨਾਂ ਬਾਰੇ ਪ੍ਰਚਲਿਤ ਹੋ ਚੁੱਕਾ ਸੀ ਰਾਮ ਸਰੂਪਨਖੀ ਅਖਬਾਰ 'ਚ ਆਪਣਾ ਨਾਂ ਛਪਿਆ ਵੇਖ ਕੇ ਹੀ ਸਵੇਰ ਦੀ ਚਾਹ ਪੀਂਦਾ ਸੀ ਇੱਕ ਦਿਨ ਅਖਬਾਰਾਂ ਦੇ ਆਉਣ ਤੇ ਪਤਨੀ ਨੇ ਅੱਧੇ ਅਖਬਾਰ ਚੁੱਕੇ ਲੁਕੋਤੇ ਅਨਖੀ ਸਾਹਿਬ ਦੇ ਪੁੱਛਣ ਤੇ ਉਹਨੇ ਦੱਸਿਆ ਕਿ ਅੱਜ ਹੋਲੀ ਦੀ ਛੁੱਟੀ ਹੋਣ ਕਰਕੇ ਅਖਬਾਰ ਨਹੀਂ ਛਪਨੇ ਤੇ ਤੁਹਾਡੇ ਲਈ ਕੱਲ੍ਹ ਵਾਸਤੇ ਰੱਖੇ ਹਨ ਸਤ ਮੁੱਚੀ ਰਾਮ ਸਰੂਪਨਖੀ ਨੇ ਬਹੁਤ ਲਿਖਿਆ ਪਹਿਲਾਂ ਕਹਾਣੀਆਂ ਲਿਖ ਲਿਖ ਗਾ ਪਾਤਾ ਫਿਰ ਜਦੋਂ ਨਾਵਲ ਲਿਖਣ ਲੱਗਿਆ ਤਾਂ ਨਾਵਲ ਲਿਖਣ ਵਾਲੀ ਧੁੱਕੀ ਗੜ ਦਿੱਤੀ। ਉਹਦੇ ਜਿਉਂਦੇ ਜਾਗਦੇ ਪਾਤਰ ਨਿਰੋਲ ਪਿੰਡੂ ਹਨ। ਉਹਦੇ ਖਾਸ ਏਰੀਏ ਦੇ, ਉਹਦੇ ਆਪਣੇ ਪਿੰਡਾਂ ਦੇ, ਉਹਦੇ ਆਪਣੇ ਪਿੰਡ ਤੋਲੇ ਦੇ। ਉਹਦੀ ਬਹੁਤੀਆਂ ਕਹਾਣੀਆਂ ਉਹਦੇ ਪਿੰਡਾਂ 'ਚੋਂ ਵਾਪਰੀਆਂ ਘਟਨਾਵਾਂ ਤੇ ਆਧਾਰਿਤ ਹਨ। ਉਹਦੇ ਨਾਵਲਾਂ ਵਿੱਚ ਵੀ ਇਹੀ ਪਾਤਰ ਵਿਚਰਦੇ ਹਨ। ਉਹਨੇ ਆਪਣੇ ਇਲਾਕੇ ਦੇ ਪਿੰਡਾਂ ਦੇ ਸਕੂਲਾਂ 'ਚ ਪੜਾਇਆ ਤੇ ਸਾਈਕਲ ਦੀ ਸਵਾਰੀ ਕਰਦਿਆਂ ਇਹਨਾਂ ਪਿੰਡਾਂ ਨੂੰ ਗਾਇਆ। ਇਨਾ ਪਿੰਡਾਂ ਬਾਰੇ ਉਸ ਕੋਲ ਲਿਖਣ ਲਈ ਅਮੁੱਖ ਭੰਡਾਰ ਸੀ ਤੇ ਲਿਖਣ ਦੀ ਬੇਅਥਾ ਸ਼ਕਤੀ ਮੌਤ ਦੇ ਫਰਿਸ਼ਤੇ ਦੇ ਆਉਣ ਸਮੇਂ ਵੀ ਉਹ ਆਪਣੇ ਨਾਵਲ ਦਾ ਆਖਰੀ ਕਾંડ ਲਿਖ ਰਿਹਾ ਸੀ 78 ਸਾਲ ਦੀ ਉਮਰ 'ਚ ਵੀ ਪੂਰਾ ਤਕੜ ਜਾਬਦਾ ਸੀ ਸਰੀਰ ਛਤੀਰ ਵਾਂਗ ਸਿੱਧਾ ਤੇ ਜਰਕ-ਜਰਕ ਤੁਰਦੇ ਦੇ ਨਾ ਗੋਡੇ ਜਰਕਦੇ ਸਨ ਉਹਨੇ ਆਪਣਾ 75ਵਾਂ ਜਨਮ ਦਿਨ ਬਰਨਾਲੇ ਦੇ ਇੱਕ ਵੱਡੇ ਮੈਰਿਜ ਪੈਲੇਸ 'ਚ ਬੜੀ ਧੂਮ-ਧਾਮ ਨਾਲ ਮਨਾਇਆ ਜਸਟ ਪੰਜਾਬ ਪਰ ਤੋਂ ਹਜ਼ਾਰਾਂ ਦੀ ਗਿਣਤੀ 'ਚ ਲੇਖਕ ਉਹਦੇ ਪਾਠਕ ਤੇ ਉਹਦੇ ਪ੍ਰਸ਼ੰਸਕ ਹਮ ਹੁਮਾ ਕੇ ਪੁਜੇ ਇਸ ਯਾਦਗਾਰੀ ਅਫਸਰ ਦੀ ਪ੍ਰਧਾਨਗੀ ਉਸ ਸਮੇਂ ਦੀ ਪ੍ਰਸਿੱਧ ਹਸਤੀ ਸਰਦਾਰ ਸੁਰਜੀਤ ਸਿੰਘ ਬਰਨਾਲਾ ਜੋ ਤਾਮਿਲਨਾਡੂ ਦੇ ਗਵਰਨਰ ਸਨ ਨੇ ਕੀਤੀ ਪੰਜਾਬ ਦੇ ਸਾਰੇ ਵੱਡੇ ਅਫਸਰਾਂ ਦੇ ਅਫਸਰ ਚੀਫ ਸੈਕਟਰੀ ਪੰਜਾਬ ਸਰਦਾਰ ਦਰਬਾਰਾ ਸਿੰਘ ਗੁਰੂ ਵਿਅਨਖੀ ਦੇ ਵਿਦਿਆਰਥੀ ਰਹੇ ਹੋਣ ਦੀ ਹیثیت ਵਿੱਚ ਪੁਜੇ ਇਸ ਤੋਂ ਪਹਿਲਾਂ ਕਦੇ ਕਿਸੇ ਲੇਖਕ ਨੇ ਏਡੇ ਵੱਡੇ ਪੱਧਰ ਤੇ ਅਜਿਹੇ ਤਰੀਕੇ ਨਾਲ ਆਪਣਾ ਕੋਈ ਜਨਮ ਦਿਨ ਨਹੀਂ ਸੀ ਮਨਾਇਆ। ਇਹ ਸਮਾਗਮ ਦਾ ਕੇਂਦਰ ਬਿੰਦੂ ਰਾਮ ਸਰੂਪਨਖੀ ਵਿਆਹ ਵਿੱਚ ਲਾੜੇ ਵਾਂਗ ਵਿਚਰ ਰਿਹਾ ਸੀ। ਮਹਿੰਗੀ ਸ਼ਰਾਬ ਦੇ ਪੈਗ ਮਾਰ ਕੇ ਤੇ ਮੁਰਗੇ ਦੀਆਂ ਹੱਡੀਆਂ ਚੁੰਡਦੇ ਕਈ ਲੇਖਕ ਕਹਿ ਰਹੇ ਸਨ ਕਿ ਅੱਜ ਤਾਂ ਅਣਖੀ ਦਾ ਵਿਆਹ ਹੈ। ਪਰ ਇਹ ਵਿਆਹ ਨਹੀਂ ਇਹ ਤਾਂ ਉਹਨਾਂ ਦਾ ਜੀਵਨ ਮਰਨਾ ਹੋ ਨਿਭੜਿਆ ਸੀ। ਉਸ ਦਿਨ ਲੱਗ ਰਿਹਾ ਸੀ ਉਹਨਾਂ ਦਾ ਸਰੀਰ ਘੱਟੋ ਘੱਟ 15 ਸਾਲ ਤਾਂ ਨਹੀਂ ਡੋਲਦਾ। ਹੋ ਸਕਦਾ ਉਹ ਸੈਂਕੜਾ ਹੀ ਮਾਰ ਜਾਣ। ਉਹਨਾਂ ਕਿਹਾ ਵੀ ਸੀ ਕਿ ਮੈਂ ਆਪਣੇ 100ਵੇਂ ਜਨਮ ਦਿਨ ਤੇ ਵੀ ਅਜੇ ਆਈ ਇਕੱਠ ਕਰਾਂਗਾ। ਉਮਰਾ ਦੀ ਸੈਂਚਰੀ ਮਾਰਨਾ ਨਾਵਲਕਰ ਰਾਮਸਰੂਪ ਅਣਖੀ ਦੇ ਹਿੱਸੇ ਤਨਾ ਆਇਆ ਪਰ ਨਾਵਲਕਰ ਜਸਵੰਤ ਸਿੰਘ ਕਵਲ ਨੇ ਜ਼ਰੂਰ ਉਮਰਾ ਦੀ ਸੈਂਚਰੀ ਮਾਰ ਲਈ। ਜਿਸ ਤਰ੍ਹਾਂ ਰਾਮਸਰੂਪ ਅਣਖੀ ਆਪਣੇ ਸਮਕਾਲੀ ਛੋਟੇ ਵੱਡੇ ਲੇਖਕਾਂ ਨਾਲ ਜੁੜਿਆ ਰਿਹਾ ਉਸ ਤਰ੍ਹਾਂ ਪੰਜਾਬੀ ਦਾ ਕੋਈ ਵੀ ਲੇਖਕ ਨਹੀਂ ਜੁੜ ਸਕਿਆ। ਉਹਨੇ ਅਨੇਕਾਂ ਹੀ ਨਵੇਂ ਲੇਖਕਾਂ ਨੂੰ ਸੇਧ ਦੇਣ ਦੇ ਨਾਲ ਨਾਲ ਉਹਨਾਂ ਦੀ ਕਹਾਣੀ ਪੰਜਾਬ ਵਿੱਚ ਛਾਪ ਕੇ ਉਤਸ਼ਾਹਿਤ ਵੀ ਕੀਤਾ ਤੇ ਡਲਹੌਜ਼ੀ ਕਹਾਣੀ ਗੋਸ਼ਟੀ 'ਚ ਬੁਲਾ ਕੇ ਪਹਾੜਾਂ ਦੀ ਸੈਰ ਵੀ ਕਰਵਾਈ। ਇਸ ਕਰਕੇ ਕਈ ਨਵੇਂ ਕਹਾਣੀਕਾਰ ਤਾਂ ਉਹਨੂੰ ਆਪਣਾ ਸਾਹਿਤਿਕ ਪਿਓ ਹੀ ਮੰਨਦੇ ਐ। ਇੱਕ ਅਖਬਾਰ 'ਚ ਉਹਨੇ ਆਪਣਾ ਹਫਤਾਵਾਰੀ ਕਾਲਮ ਮੈਂ ਤਾਂ ਬੋਲਾਂਗੀ ਸ਼ੁਰੂ ਕਰਕੇ 100 ਤੋਂ ਵੱਧ ਨਵੇਂ ਪੁਰਾਣੇ ਲੇਖਕਾਂ ਦੀਆਂ ਪਤਨੀਆਂ ਨਾਲ ਮੁਲਾਕਾਤਾਂ ਕਰਕੇ ਛਾਪੀਆਂ ਤਾਂ ਉਹਦੇ ਵਿਰੋਧੀ ਦੱਬੀ ਸੁਰਜ ਕਹਿਣ ਲੱਗ ਪਏ ਕਿ ਅਣਖੀ ਤਾਂ ਹੁਣ ਲੇਖਕਾਂ ਦੇ ਬੈੱਡਰੂਮਾਂ ਤੱਕ ਵੀ ਪਹੁੰਚ ਗਿਆ। ਪਰ ਦਿ ਲੋ ਚਾਹੁੰਦੇ ਸਨ ਕਿ ਉਹਨਾਂ ਦੀ ਪਤਨੀ ਦੀ ਮੁਲਾਕਾਤ ਵੀ ਮੈਂ ਤਾਂ ਬੋਲਾਂਗੀ ਕਲਮ ਵਿੱਚ ਛਪ ਜਾਏ। ਰਾਮ ਸਰੂਪ ਅਣਖੀ ਦਾ ਵਿਸ਼ਾਲ ਪਾਠਕ ਵਰਗ ਸੀ। 1985 ਤੱਕ ਤਾਂ ਉਹਨੇ ਸਾਥੀਆਂ ਤੋਂ ਪੈਸੇ ਇਕੱਠੇ ਕਰਕੇ ਆਪ ਹੀ ਆਪਣੀਆਂ ਕਿਤਾਬਾਂ ਛਾਪੀਆਂ ਤੇ ਆਪ ਹੀ ਪਾਟਕਾਂ 'ਚ ਵੇਚੀਆਂ ਵੰਡੀਆਂ। 1987 ਵਿੱਚ ਉਹਨਾਂ ਦੇ ਨੋਵਲ ਕੋਠੇ ਖੜਕ ਸਿੰਘ ਨੂੰ ਜਦੋਂ ਸਾਹਿਤ ਅਕੈਡਮੀ ਦਾ ਇਨਾਮ ਮਿਲ ਗਿਆ ਤਾਂ ਉਹਨਾਂ ਨੂੰ ਛਪੀਆਂ ਕਿਤਾਬਾਂ ਤੇ ਰਾਇਲਟੀ ਵੀ ਮਿਲਣ ਲੱਗ ਪਈ ਸੀ। ਉਹ ਸਾਲ ਦੇ ਸਾਲ ਨਵਾਂ ਨਾਵਲ ਲਿਖਣ ਲੱਗੇ ਪਰ ਹੁਣ ਲਗਾਤਾਰ 10-10 ਘੰਟੇ ਬੈਠ ਕੇ ਲਿਖਣਾ ਵੱਡੀ ਉਮਰ ਕਰਕੇ ਉਹਨਾਂ ਲਈ ਸੰਭਵ ਨਹੀਂ ਸੀ ਇਸੇ ਕਰਕੇ ਉਹ ਹਾਸੇ 'ਚ ਕਹਿ ਦਿੰਦੇ ਸੀ ਕਿ ਜਦੋਂ ਦੰਦ ਸੀ ਉਦੋਂ ਬਾਦਾਮ ਨਹੀਂ ਮਿਲਦੇ ਸੀ ਹੁਣ ਬਾਦਾਮ ਮਿਲਦੇ ਆ ਤਾਂ ਦੰਦ ਨਹੀਂ ਹੈ 13 ਫਰਵਰੀ 2010 ਦੀ ਰਾਤ ਨੂੰ ਸਰਾਣੇ ਪਏ ਮੋਬਾਈਲ ਦੀ ਘੰਟੀ ਤੇ ਘੁਰ ਘੁਰ ਦੀ ਆਵਾਜ਼ ਨਾਲ ਜਾਗ ਆ ਗਈ ਹਨੇਰੇ 'ਚ ਮੋਬਾਈਲ ਵੱਲੋਂ ਚਾਨਣ ਦੀ ਛਲਜੀ ਆ ਰਹੀ ਸੀ ਸਕਰੀਨ ਤੇ ਨੰਬਰ ਦੀ ਬਜਾਏ ਛੋਟਾ ਜਿਹਾ ਨਾਂ ਆ ਰਿਹਾ ਸੀ ਜੋ ਪੜਿਆ ਨਾ ਗਿਆ ਮੈਂ ਬਟਨ ਨਬ ਕੇ ਫੋਨ ਕਰਨ ਨੂੰ ਲਾ ਲਿਆ ਮੈਂ ਬਰਨਾਲੇ ਤੋਂ ਮੁਬਾਰਕ ਬੋਲ ਰਿਹਾ ਦਾਦਾ ਜੀ ਐਕਸਪਾਇਰ ਹੋ ਗਏ ਹੈ ਕਦੋਂ ਕਿਵੇਂ ਰਾਤੀ 10:00 ਵਜੇ ਮੈਸਿਵ ਹਾਰਟ ਅਟੈਕ ਹੋ ਗਿਆ ਹੈ ਕ੍ਰਾਂਤੀਪਾਲ ਇੱਥੇ ਹੀ ਹੈ ਹਾਂਜੀ ਤੇ ਫੋਨ ਕੱਟਿਆ ਗਿਆ ਮੈਂ ਸੁੰਨ ਗਿਆ ਹੋ ਗਿਆ ਤੇ ਉੱਠ ਕੇ ਬੈਠ ਗਿਆ ਕੀ ਗੱਲ ਹੋ ਗਈ ਕੀ ਦਾ ਫੋਨ ਸੀ ਪਤਨੀ ਨੇ ਪੁੱਛਿਆ ਅਣਖੀ ਸਭ ਚਲੇ ਗਏ ਭਰੇ ਮਨ ਨਾਲ ਮੈਂ ਗਿਆ ਅੱਛਾ ਟਾਈਮ ਕੀ ਹੋ ਗਿਆ ਪਤਨੀ ਨੇ ਫੇਰ ਪੁੱਛਿਆ ਦਿਨ ਚੜਨ ਵਾਲਾ ਹੀ ਹੋਣਾ ਮੈਂ ਤਿਆਰ ਹੋਣਾ ਕਿ ਐ ਕਿ ਮੈਂ ਪਿੱਛੇ ਢੋਲਾ ਕੇ ਬੈਠ ਗਿਆ ਦਿਨ ਨਾ ਚੜਨ ਵਾਲਾ ਕਿਤੇ ਮੈਨੂੰ ਤਾਂ ਅਜੇ ਤੱਕ ਨੀਂਦ ਵੀ ਨਹੀਂ ਆਈ ਪਤਨੀ ਨੇ ਕਿਹਾ ਤੇ ਪਾਸਾ ਪਰਤ ਕੇ ਪੈ ਗਈ ਮੈਂ ਅਨਕਲਾਈ ਮੋਬਾਈਲ ਤੋਂ ਸਮਾਂ ਵੇਖਿਆ 12:10 ਹੋਈ ਸੀ ਨੀਂਦ ਤਾਂ ਕਿਧਰੇ ਉੱਡ ਗਈ ਸੀ ਮੈਨੂੰ ਆਪਣੇ ਦਿਲ ਦੀ ਧੜਕਣ ਵਧੀ ਲੱਗੀ ਬੈਠੇ-ਬੈਠੇ ਦਾ ਧਿਆਨ ਦਿਲ ਵੱਲ ਗਿਆ ਤਾਂ ਵਾਕਈ ਬੜੀ ਤੇਜ਼ੀ ਨਾਲ ਧੜਕ ਰਿਹਾ ਸੀ ਕੀ ਹੈ ਇਹ ਮੁਠੀ ਕੁ ਜਿੰਨਾ ਮਾਸ ਦਾ ਟੁਕੜਾ ਲਗਾਤਾਰ ਇੱਕ ਥਾਂ ਦੇ ਬੰਨਿਆ ਬੁੜਕਦਾ ਰਹਿੰਦਾ ਹੈ ਜੇ ਰੁਕ ਗਿਆ ਤਾਂ ਬਸ ਚੱਕ ਲੋ ਚੱਕ ਲੋ ਹੋ ਜਾਂਦੀ ਐ ਇਹ ਤਾਂ ਕਦੇ ਵੀ ਰੁਕ ਸਕਦਾ ਮੈਸਿਵ ਹਾਰਟ ਅਟੈਕ ਅਣਖੀ ਜੀ ਤਾਂ ਚੰਗੇ ਭਲੇ ਸੀ ਅਜੇ 3 ਸਾਲ ਪਹਿਲਾਂ ਹੀ ਤਾਂ ਉਹਨਾਂ ਨੇ ਆਪਣਾ 75 ਵਾਂ ਜਨਮ ਦਿਨ ਬਰਨਾਲੇ ਦੇ ਇੱਕ ਮੈਰਿਜ ਪੈਲਸਟ ਬੜੀ ਧੂਮ ਧਾਮ ਨਾਲ ਮਨਾਇਆ ਸੀ ਕਿੰਨੇ ਹੀ ਲੇਖ ਇਕੱਠੇ ਹੋਏ ਸਨ ਬੜਾ ਵਧੀਆ ਜਸ਼ਨ ਹੋਇਆ ਵਿਆਹ ਤੋ ਵਿਵਦ ਤੇ ਦਿਮਾਗ ਚ ਅਣਖੀ ਸਾਹਿਬ ਦੀਆਂ ਯਾਦਾਂ ਦੀ ਰੀਲ ਚੱਲ ਪਈ ਸੀ ਪਹਿਲੀ ਵਾਰ ਕਦੋਂ ਮਿਲੇ ਸੀ ਜੈਤੋਂ ਦੇ ਬਾਸ ੱਡੇ ਤੇ ਸਾਲ 85-86 ਚ ਅਸੀਂ ਸਾਹਿਤ ਸਭਾ ਜੈਤੂ ਦੇ ਮੈਂਬਰਾਂ ਨੇ ਸਭਾ ਦੀਆਂ ਬੈਠਕਾਂ ਰਾਤ ਦੀਆਂ ਰੱਖਣੀਆਂ ਸ਼ੁਰੂ ਕਰਤੀਆਂ। ਕਦੇ ਕਿਸੇ ਮੈਂਬਰ ਦੇ ਘਰ ਕਦੇ ਕਿਸੇ ਮੈਂਬਰ ਦੇ ਘਰ ਇੱਕ ਦੋ ਨਾਮਵਰ ਲੇਖਕਾਂ ਨੂੰ ਵੀ ਬੁਲਾਇਆ ਜਾਂਦਾ। ਰਾਤ ਨੂੰ दारू ਦਾ ਦੌਰ ਚੱਲਣਾ, ਨਾਲੇ ਰਚਨਾਵਾਂ ਪੜੀਆਂ ਸੁਣੀਆਂ ਜਾਣੀਆਂ ਤੇ ਬਹਿਸ ਹੋਣੀ। ਸਭ ਦਾ ਗੁਬਗੁਆਟ ਨਿਕਲ ਜਾਂਦਾ। ਸਵੇਰ ਨੂੰ ਸਾਰੇ ਸਹਿਤਕਾਰ ਹੌਲੇ ਫੁੱਲ। ਪਹਿਲੀ ਬੈਠਕ ਦਬੜੀ ਖਾਨੇ ਦਰਸ਼ਨ ਬਲਾੜੀਏ ਦੇ ਘਰ ਰੱਖੀ ਗਈ ਸੀ। ਇਹਦੇ ਮੁੱਖ ਮਹਿਮਾਨ ਸਨ ਸ੍ਰੀ ਰਾਮ ਸਰੂਪਨਖੀ ਮੇਰੀ ਤੇ ਹਰਦਮ ਮਾਨ ਦੀ ਡਿਊਟੀ ਸੀ ਬੱਸ 80 ਤੋਂ ਉਹਨਾਂ ਨੂੰ ਲਿਜਾਣ ਦੀ ਬਰਨਾਲੇ ਤੋਂ ਜੈਤੋਂ ਨੂੰ ਆਉਣ ਵਾਲੀਆਂ ਸਾਰੀਆਂ ਬੱਸਾਂ ਆ ਚੁੱਕੀਆਂ ਸੀ ਪਰ ਅਣਖੀ ਸਾਹਿਬ ਨਹੀਂ ਸੀ ਆਏ ਦਿਨ ਵੀ ਪੂਰਾ ਛਿਪ ਚੱਲਿਆ ਸੀ ਅਸੀਂ ਨਿਰਾਸ਼ਾ ਛੱਡੇ ਤੋਂ ਨਿਕਲ ਆਏ ਤੇ ਦਬੜੀ ਖਾਨੇ ਨੂੰ ਜਾਣ ਲੱਗੇ ਜਦੋਂ ਬਾਜ਼ਾਖਾਨਾ ਚੌਕ ਚਾਏ ਤੇ ਬਠਿੰਡਾ ਤੋਂ ਫਰੀਦਕੋਟ ਜਾਣ ਵਾਲੀ ਬੱਸ ਰੁਕੀ ਹੋਈ ਸੀ ਡਰਾਈਵਰ ਦੀ ਪਿਛਲੀ ਸੀਟ ਤੇ ਮੈਨੂੰ ਅਣਖੀ ਸਾਹਿਬ ਵਰਗਾ ਬੰਦਾ ਬੈਠਾ ਨਜ਼ਰ ਆਇਆ ਉਹੀ ਸੰਦੇ ਨਾਲ ਸੀ ਬੂਟਾ ਚੋਹਾਨ ਮੁੱਖ ਅੱਡੇ ਤੋਂ ਮੈਂ ਉਹਨਾਂ ਦੋਹਾਂ ਨੂੰ ਆਪਣੀ ਮੋਟਰਸਾਈਕਲ ਤੇ ਬਿਠਾ ਲਿਆ ਤੇ ਤਬੜੀ ਖਾਨੇ ਨੂੰ ਚਾਲੇ ਪਾ ਦਿੱਤੇ ਦਰਸ਼ਨ ਬਲਾੜੀਆ ਦਾ ਘਰ ਉਹਦੇ ਖੇਤ ਵਿੱਚ ਹੀ ਪਾਇਆ ਖੇਤ ਨੂੰ ਜਾਂਦੀ ਪਹੀ ਬਹੁਤ ਹੀ ਭੀੜੀ ਤੇ ਉੱਚੀ ਨੀਵੀ ਸੀ ਦਿਨੇਮੀ ਪਾ ਕੇ ਹਟਿਆ ਸੀ ਨੇਰਾ ਵੀ ਉਤਰ ਆਇਆ ਸੀ ਉਸ ਪਹੀ ਤੇ ਮੋਟਰਸਾਈਕਲ ਚਲਾਉਣਾ ਸਰਕਸ ਦੇ ਕਲਾਕਾਰ ਦੇ ਕਾਰ ਤੇ ਸਾਈਕਲ ਚਲਾਉਣ ਵਾਂਗ ਸੀ ਮੈਂ ਬੜੀ ਸਾਵਧਾਨੀ ਨਾਲ ਮੋਟਰਸਾਈਕਲ ਚਲਾ ਰਿਆ ਸੀ ਫਿਰ ਵੀ ਅਣਖੀ ਸਾਹਿਬ ਡਰ ਰਹੇ ਸੀ ਕਿ ਕਿਤੇ ਡਿੱਗੀ ਨਾ ਪਈਏ ਇਹ ਪਹਿਲੀ ਸਾਹਿਤਿਕ ਮਿਲਣੀ ਬਹੁਤ ਹੀ ਵਧੀਆ ਰਹੀ ਅਣਖੀ ਜੀ ਵੱਲੋਂ ਇਸ ਮੀਟਿੰਗ ਦੀ ਪੂਰੀ ਰਿਪੋਰਟਿੰਗ ਇੱਕ ਇੱਕ ਅਖਬਾਰ 'ਚ ਛਪੀ ਅਗਲੀ ਮੀਟਿੰਗ ਦੀ ਵਾਰੀ ਦਬੜੀ ਖਾਨੇ ਦੇ ਅਮਰਜੀਤ ਢਿੱਲੋਂ ਦੀ ਆਈ ਸੀ ਉਹਨੇ ਮੀਟਿੰਗ ਘਰ ਦੀ ਬਜਾਏ ਖੇਤ ਟਿਊਬਲ ਤੇ ਰੱਖ ਲਈ ਇਸ ਮੀਟਿੰਗ 'ਚ ਵੀ ਅਣਖੀ ਸਾਹਿਬ ਹੀ ਮੁੱਖ ਮਹਿਮਾਨ ਸਨ ਅਮਰਜੀਤ ਨੇ ਆਪਣੇ ਦੋਸਤ ਬਲਦੇਵ ਸਿੰਘ ਢਾਲੀਵਾਲ ਨੂੰ ਵੀ ਸੱਦਿਆ ਹੋਇਆ ਸੀ ਜੋ ਉਦੋਂ ਨਵਾਂ-ਨਵਾਂ ਕਹਾਣੀ ਲਿਖਣ ਲੱਗਿਆ ਸੀ ਤੇ ਜਲੰਧਰ ਦੇ ਇੱਕ ਅਖਬਾਰ 'ਚ ਕੰਮ ਕਰਦਾ ਸੀ ਬੁਲਾਇਆ ਤਾਂ ਮੋਗੇ ਤੋਂ ਵਿਅੰਗਕਾਰ ਕੇ ਐਲ ਗਰਗ ਨੂੰ ਵੀ ਸੀ ਪਰ ਉਹ ਬਾਣੀਆਂ ਬੁੱਧੀ ਵਰਤ ਗਿਆ ਸੀ بارشਾਂ ਦਾ ਮੌਸਮ ਸੀ ਮੀਟਿੰਗ ਤਾਂ ਖੈਰ ਠੀਕ-ਠਾਕ ਹੋ ਗਈ ਪਰ ਰਾਤ ਸਾਰਿਆਂ ਨੇ ਬਹੁਤ ਮੁਸ਼ਕਲ ਨਾਲ ਕੱਟੀ ਮੰਝਿਆਂ ਦਾ ਪ੍ਰਬੰਧ ਨਹੀਂ ਸੀ ਤੇ ਸਾਰੇ ਪੁੰਝੇ ਪੱਲੀਆਂ ਉੱਪਰ ਪਏ ਦੇਸੀ ਧਾਰੂ ਦਾ ਨਸ਼ਾ ਵੀ ਛੇਤੀ ਲਹਿ ਗਿਆ ਸੀ ਅੱਧੀ ਰਾਤ ਨੂੰ ਬਿਜਲੀ ਚਲੀ ਗਈ ਸੀ ਮੱਛਰ ਤੋੜ ਤੋੜ ਖਾਰੇ ਸਨ ਤੇ ਕਦੇ-ਕਦੇ ਨਿੱਕੀਆਂ-ਨਿੱਕੀਆਂ ਕਣੀਆਂ ਵੀ ਆ ਜਾਂਦੀਆਂ ਸੀ ਅਨਖੀ ਸਾਹਿਬ ਨੇ ਇਸ ਮੀਟਿੰਗ ਸੰਬੰਧੀ ਅਖਬਾਰਾਂ 'ਚ ਰਿਪੋਰਟ ਲਿਖੀ ਜਿਹਦਾ ਹੈਡਿੰਗ ਸੀ ਲੇਖਕ ਮੱਛਰ ਤੇ ਮੀ ਇਸ ਰਿਪੋਰਟ ਚ ਉਹਨਾਂ ਲਿਖਿਆ ਸੀ ਕਿ ਜੇ ਕਿਤੇ ਗਰਗ ਬਾਣੀਆਂ ਪੁੱਤ ਵੀ ਆ ਜਾਂਦਾ ਤਾਂ ਪਤਾ ਲੱਗਦਾ ਉਹਨੂੰ ਜਦੋਂ ਚਿਤੜਾਂ ਤੇ ਮੱਛਰ ਦੰਦੀਆਂ ਵੱਢਦੇ ਇਸੇ ਤਰ੍ਹਾਂ ਇੱਕ ਰਾਤ ਦੀ ਮੀਟਿੰਗ 'ਚ ਅਸੀਂ ਦੇਵਰਾਉਕੇ ਦੇ ਘਰ ਨੇ ਹਾਲੇ ਵਾਲੇ ਇਕੱਠੇ ਹੋ ਗਏ ਪੋਧੂ ਅਣਖੀ ਸਾਹ ਉਹ ਰਟਾਇਰ ਹੋ ਚੁੱਕੇ ਸਨ ਤੇ ਕਹਾਣੀ ਪੰਜਾਬ ਦੇ ਚੰਦੇ ਇਕੱਠੇ ਕਰ ਰਹੇ ਸਨ ਕਹਾਣੀ ਪੰਜਾਬ ਛਪਣ ਲੱਗਿਆ ਹਰ ਵਾਰ ਲਿਖਿਆ ਹੁੰਦਾ ਕਿ ਕੋਈ ਲੇਖਕ ਆਪਣੀ ਕਹਾਣੀ ਨਾ ਭੇਜੇ ਅਸੀਂ ਆਪ ਮੰਗਵਾਉਂਦੇ ਹਾਂ ਸਾਰ ਰੀਜਨਲ ਸੈਂਟਰ ਵਾਲਿਆਂ ਨੇ ਅਣਖੀ ਜੀ ਨਾਲ ਰੂਬਰੂ ਕੀਤਾ ਤਾਂ ਉਸ ਰਾਤ ਮੇਰੇ ਕੋਲ ਠਹਿਰੇ ਅਣਖੀ ਸਾਹਿਬ ਤੁਸੀਂ ਮੇਰੇ ਤੋਂ ਤਾਂ ਕਦੀ ਕਹਾਣੀ ਮੰਗੀ ਨਹੀਂ ਮੈਂ ਦੋ ਕੁ ਪੈਗ ਪੀਣ ਤੋਂ ਬਾਅਦ ਰੋਸੇ ਨਾਲ ਗਿਆ ਲੈ ਤੂੰ ਤਾਂ ਆਪ ਦਾ ਬੰਦਾ ਹੈ ਇਹ ਤਾਂ ਹੋਰ ਨਾ ਵਾਸਤੇ ਲਿਖਿਆ ਹੁੰਦਾ ਹੈ ਤੇ ਤੂੰ ਕਹਾਣੀ ਭੇਜ ਦਿਆ ਕਰ ਉਹਨਾਂ ਨੇ ਬੜੀ ਆਪਣਤ ਨਾਲ ਜਵਾਬ ਦਿੱਤਾ ਕਹਾਣੀ ਪੰਜਾਬ ਚ ਮੇਰੀ ਪਹਿਲੀ ਕਹਾਣੀ ਛਪੀ ਬੀਮਾ ਏਜੰਟ ਹੁਣ ਤੱਕ ਕਹਾਣੀ ਲਿਖਣ ਦੀ ਮੇਰੀ ਟਿੱਲ ਹੁੰਦੀ ਸੀ ਕਹਾਣੀ ਪੰਜਾਬ ਦਾ ਕਹਾਣੀ ਛਾਪਣ ਲਈ ਤਿਆਰ ਹੁੰਦਾ ਸੀ ਇੱਕ ਦਿਨ ਅਨਖੀ ਸਾਹਿਬ ਦਾ ਪੱਤਰ ਮਿਲਿਆ ਲਿਖਿਆ ਸੀ ਅਗਲੇ ਮਹੀਨੇ ਆਪਾਂ ਡਲਹਾਜ਼ੀ ਚੱਲਣਾ ਦੋ ਦਿਨ ਦੀ ਕਹਾਣੀ ਗੋਸ਼ਟੀ ਹੈ ਕਿਸੇ ਨੂੰ ਦੱਸਣਾ ਨਹੀਂ ਆਪਣੀ ਨਵੀਂ ਅਣਛਪੀ ਕਹਾਣੀ ਭੇਜ ਦੇ ਮੈਂ ਕਹਾਣੀ ਭੇਜ ਦਿੱਤੀ ਤੂੰ ਕੱਲ ਨਾ ਆਵੀ 10 ਕੁ ਦਿਨਾਂ ਬਾਅਦ ਉਹਨਾਂ ਦਾ ਫੇਰ ਖੱਤ ਮਿਲਿਆ ਇਹ ਕਹਾਣੀ ਤਾਂ ਅੱਜ ਦੇ ਅਖਬਾਰ ਚ ਛਪ ਗਈ ਹੈ ਤਦੋਂ ਹੁਣ ਨਵੀਂ ਕਹਾਣੀ ਲਿਖ ਕੇ ਭੇਜ ਹਫਤੇ ਦੇ ਵਿੱਚ ਹੀ ਡਲਹੌਜ਼ੀ ਜਾਣ ਦੇ ਚਾਚ ਮੈਂ ਉਹਨਾਂ ਨੂੰ ਨਵੀਂ ਕਹਾਣੀ ਬੀਤ ਗਈ ਹੋਈ ਲਿਖ ਕੇ ਭੇਜ ਦਿੰਦੀ ਡਲਹੌਜ਼ੀ ਵਿਖੇ ਮਨਮੋਹਨ 바ਵਾ ਦੇ ਮਹਿਰ ਹੋਟਲ 'ਚ ਦੋ ਰਾਤਾਂ ਕਹਾਣੀ ਗੁਸ਼ਟੀ ਚੱਲੀ ਮਨਮੋਹਨ 바ਵਾ ਮੇਜ਼ਬਾਨ ਸੀ ਤੇ ਹੋਟਲ ਦਾ ਵੀ ਕੋਈ ਕਿਰਾਇਆ ਵਗੈਰਾ ਨਹੀਂ ਸੀ ਦੇਣਾ ਪਰ 바ਵਾ ਦਾ ਅਨੁਸ਼ਾਸਨ ਕੁਝ ਸਖਤ ਸੀ ਪਹਿਲਾਂ ਵੀ ਉੱਥੇ ਕਹਾਣੀ ਗੁਸ਼ਟੀਆਂ ਕਰ ਚੁੱਕੇ ਸਨ ਪਰ ਅਨੁਸ਼ਾਸਨ 'ਚ ਰਹਿ ਕੇ ਪਰ ਇਸ ਵਾਰ ਗਲਤੀ ਹੋ ਗਈ ਸੀ ਬਾਬਾ ਜੀ ਦੀ ਹਾਜ਼ਰੀ ਵਿੱਚ ਧਾਰੂ ਦਾ ਦੌਰ ਸ਼ੁਰੂ ਕਰ ਲਿਆ ਸੀ ਮਨਮੋਹਨ ਬਾਬਾ ਨੇ ਕਹਿ ਦਿੱਤਾ ਤੁਸੀਂ ਬਹੁਤੀਆਂ ਹੀ ਖੁੱਲਾਂ ਲੈਂਦੇ ਜਾ ਰਹੇ ਹੋ ਅਣਖੀ ਸਾਹਿਬ ਮਹਿਸੂਸ ਕਰ ਗਏ ਮਨਮੋਹਨ ਬਾਬਾ ਦੇ ਜਾਣ ਤੋਂ ਬਾਅਦ ਕਹਿਣ ਲੱਗੇ ਹੁਣ ਨੇ ਇੱਥੇ ਕਹਾਣੀ ਗੋਸ਼ਟੀ ਕਰਾਉਣੀ ਮੈਨੂੰ ਲੱਗਿਆ ਜਿਵੇਂ ਕਹਿ ਰਹੇ ਹੁਣ ਸਾਨੂੰ ਤੋਤਿਆਂ ਨੂੰ ਬਾਗ ਬਥੇਰੇ ਅਗਲੇ ਸਾਲ ਫਿਰ ਪਹਾੜਾਂ ਤੇ ਗੋਸ਼ਟੀ ਰੱਖ ਲਈ ਪਰ ਇਹ ਸਵਰ ਪਹਾੜ ਢਲਹੌਜ਼ੀ ਦੇ ਨਹੀਂ ਮਸੂਰੀ ਦੇ ਸਨ ਮੇਜ਼ਬਾਨ ਸੀ ਸੁਰਜੀਤ ਸਿੰਘ ਬਰਨਾਲਾ ਜੋ ਉਸ ਵੇਲੇ ਉੱਤਰਾਖੰਡ ਦੇ ਗਵਰਨਰ ਸਨ ਇੱਕ ਐਸ.ਡੀ.ਐਮ ਸਾਡੀ ਟੈਲ ਸੇਵਾ ਲਈ ਹਰ ਵਕਤ ਤਿਆਰ ਰਹਿੰਦਾ ਸੀ ਇੱਥੇ ਡਿਸਪਲਿਨ ਦਾ ਵੀ ਕੋਈ ਚੱਕਰ ਨਹੀਂ ਸੀ ਪਹਿਲਾਂ ਅਣਖੀ ਸਾਹਿਬ ਦੇ ਪੱਤਰ ਆਉਂਦੇ ਸੀ ਛਪੇ ਹੋਏ ਲੈਟਰ ਪੈਡ ਉੱਪਰ ਸੁੰਦਰ ਲਿਖਾਈ ਚ ਲਿਖੇ ਹੋਏ ਸਾਰੇ ਅੱਖਰ ਇੱਕਸਾਰ ਨਾ ਕੋਈ ਵੱਡਾ ਨਾ ਕੋਈ ਛੋਟਾ ਫਿਰ ਫੋਨ ਆਉਣ ਲੱਗ ਪਏ ਮੈਂ ਅਣਖੀ ਬੋਲਦਾ ਹੈਲੋ ਕਹਿੰਦੇ ਅਗੋਂ ਟੁਣਕਵੀਂ ਆਵਾਜ਼ ਚ ਬੋਲਦੇ ਕਹਾਣੀ ਪੰਜਾਬ ਦੇ ਪੰਜ ਕੁ ਚੰਦੇ ਭਜਵਾ ਦੇ ਕਦੇ-ਕਦੇ ਇੱਕ ਦੋ ਜੀਵਨ ਮੈਂਬਰ ਬਣਾਉਣ ਲਈ ਕਿਹਾ ਗਿਆ ਹੁੰਦਾ ਇੰਨਾ ਕੁ ਤਾਂ ਬੰਦੇ ਦਾ ਸਮਾਜਿਕ ਘੇਰਾ ਹੁੰਦਾ ਹੀ ਹੈ ਤੇ ਮੈਨੂੰ ਇਹ ਕੋਈ ਔਖਾ ਨਾ ਲੱਗਦਾ ਬਠਿੰਡੇਵਾਲ ਦੇ ਇੱਕ ਸ਼ਾਇਰ ਨੇ ਆਪਣੀਆਂ ਗਜ਼ਲਾਂ ਕਹਾਣੀ ਪੰਜਾਬ ਨੂੰ ਭੇਜ ਦਿੱਤੀਆਂ ਅਣਖੀ ਸਾਹਿਬ ਨੇ ਗਜ਼ਲਾਂ 모ੜ ਕੇ ਨਾਲ ਲਿਖ ਦਿੱਤਾ ਸੀ ਕਿ ਕਹਾਣੀ ਪੰਜਾਬ ਤਾਂ ਪੁੱਣ ਦੀ ਗਾਂ ਹੈ ਪੱਠੇ ਖਾ ਕੇ ਦੁੱਧ ਦਿੰਦੀ ਹੈ ਵਿਦੇਸ਼ ਵਸਦੇ ਅਣਖੀ ਸਾਹਿਬ ਦੇ ਕਿਸੇ ਮਿੱਤਰ ਨੇ ਦੀਪਕ ਜੈਤੋਈ ਦੀ ਆਰਥਿਕ ਮਦਦ ਲਈ ਉਹਨਾਂ ਨੂੰ 10000 ਰੁਪਏ ਭੇਜੇ ਸੀ ਤੇ ਜੈਤੋ ਜਾ ਕੇ ਦੀਪਕ ਜੈਤੋਈ ਜੀ ਨੂੰ ਦੇਣੇ ਸੀ ਉਹ ਮੇਰੇ ਕੋਲ ਸਵੇਰੇ ਮੁਕਸਰ ਪਹੁੰਚ ਗਏ ਕਹਿਣ ਲੱਗੇ ਅਪਾ ਤੇਰੇ ਪਿੰਡਾਂ ਵਿੱਚ ਦੀ ਜਾਣਾ ਮੋਟਰਸਾਈਕਲ ਤੇ ਪਹਿਲਾਂ ਅਸੀਂ ਮੇਰੇ ਸਕੂਲ ਭੁੱਲਰ ਗਏ ਮੇਰੇ ਪਿੰਡ ਸੂਰੇਵਾਲਾ ਚਾਹ ਪੀ ਕੇ ਜੱਤੋਂ ਨੂੰ ਚੱਲ ਪਏ ਰਸਤੇ 'ਚ ਜੱਤੋਂ ਦੇ ਨਜ਼ਦੀਕ ਇੱਕ ਪਿੰਡ ਡੇਲਿਆਂ ਵਾਲੀ ਆਉਂਦਾ ਹੈ ਇਹ ਨਾਵਲਕਾਰ ਗੁਰਦਿਆਲ ਸਿੰਘ ਦਾ ਜੱਦੀ ਪਿੰਡ ਹੈ ਅਣਕੀ ਸਾਹਿਬ ਨੇ ਪਿੰਡ ਵੇਖਣ ਦੀ ਇੱਛਾ ਪ੍ਰਗਟਾਈ ਛੋਟੇ ਜਿਹੇ ਇਸ ਪਿੰਡ 'ਚ ਮੇਰੇ ਪਿਤਾ ਜੀ ਦੀ ਭੂਆ ਵੀ ਆਈ ਸੀ ਅਸੀਂ ਅਕਸਰ ਹੀ ਉਹਨਾਂ ਨੂੰ ਮਿਲਣ ਚਲੇ ਜਾਂਦੇ ਸੀ ਬਹੁਤ ਹੀ ਰਲੋਟਾ ਪਰਿਵਾਰ ਸੀ ਭੂਆ ਤੇ ਫੁੱਫੜ ਤਾਂ ਹੁਣ ਸਵਰਗ ਸੁਧਾਰ ਚੁੱਕੇ ਸੀ ਉਹਨਾਂ ਦੇ ਚਾਰੇ ਲੜਕੇ ਵੀ ਅੱਡੋ ਅੱਡ ਹੋ ਗਏ ਸੀ ਤੇ ਪਿੰਡ 'ਚ ਵੜਨ ਸਾਰੀ ਪਿੰਡ ਦੀ ਮੁੱਖ ਤੇ ਚੌੜੀ ਗਲੀ ਹੈ ਜਿਹਦੇ ਵਿੱਚ ਉਹਨਾਂ ਦੇ ਦਰਵਾਜ਼ੇ ਉੱਪਰ ਚੁਬਾਰੇ ਵਾਲਾ ਜੱਦੀਕਰ ਸੀ ਇਹ ਹੁਣ ਵੱਡੇ ਚਾਚੇ ਦੇ ਹਿੱਸੇ ਸੀ ਚਾਚੇ ਨੂੰ ਵੀ ਧਾਰਮਿਕ ਪ੍ਰਸੰਗ ਜੋੜਨ ਦਾ ਸ਼ੌਕ ਸੀ ਤੇ ਖਾਣ ਪੀਣ ਦਾ ਵੀ ਪੂਰਾ ਸ਼ੌਕੀਨ ਸੀ ਸਿਆਲ ਚੜਦੇ ਉਹ ਬੱਕਰਾ ਵੱਢ ਕੇ ਉਹਦਾ ਆਚਾਰ ਪਾ ਲੈਂਦੇ ਦੇਸੀ ਦਾਰੂ ਤਾਂ ਆਪਣੀ ਪੀਣ ਜੋਗੀ ਉਹ ਸਾਰਾ ਸਾਲ ਹੀ ਕੱਢ ਕੇ ਪੀਂਦੇ ਰਹਿੰਦੇ ਸੀ ਤੇ ਅਸੀਂ ਵੱਡੇ ਚਾਚੇ ਦੇ ਘਰ ਹੀ ਚਲੇ ਗਏ ਸੀ ਚਾਚੇ ਨੂੰ ਤਾਂ ਚਾਹ ਚੜ ਗਿਆ ਦੋ ਕੁ ਦਿਨ ਪਹਿਲਾਂ ਹੀ ਉਹਨੇ ਬੱਕਰੇ ਦਾ ਆਚਾਰ ਪਾਇਆ ਸੀ ਜੋ ਅਜੇ ਟੋਕਰੇ 'ਚ ਹੀ ਪਿਆ ਸੀ ਚਾਚੇ ਨੇ ਦੋ ਬਾਟੀਆਂ ਭਰ ਕੇ ਸਾਡੇ ਮੂਰੇ ਰੱਖਤੀਆਂ ਤੇ ਚੰਗਿਆੜੇ ਵਰਗੀ ਦੇਸੀ ਧਾਰੂ ਦੀ ਬੋਤਲ ਦਾ ਢੱਕਣ ਖੋਲ ਲਿਆ ਇੱਕ ਇੱਕ ਪੈਗ ਲਾਇਆ ਤੋਂ ਆਪਣੀ ਧਾਰਮਿਕ ਕਵਿਤਾਵਾਂ ਵਾਲੀ ਕਾਪੀ ਚੁੱਕ ਲਈ ਆ ਦੋ ਕੁ ਪ੍ਰਸੰਗ ਸੁਣ ਕੇ ਤੇ ਦੋ ਦੋ ਪੈਗ ਹੋਰ ਲਾ ਕੇ ਮੇਟ ਦੀ ਬਾਟੀ ਬਾਟੀ ਛੱਕ ਕੇ ਜਤੋਂ ਦੀਪਕ ਜਤੋਈ ਜੀ ਦਾ ਸਨਮਾਨ ਕਰਨ ਜਾ ਪਹੁੰਚੇ ਤੇ ਸ਼ਾਮ ਨੂੰ ਅਸੀਂ ਉਹਨਾਂ ਨੂੰ ਬਰਨਾਲੇ ਵਾਲੀ ਆਖਰੀ ਵਸਤੇ ਬਿਠਾ ਦਿੱਤਾ ਸੀ ਯਾਦਾਂ ਦੀ ਰੀਲ ਚੱਲਦੀ ਜਾ ਰਹੀ ਸੀ ਮੈਂ ਫਿਰ ਸਮਾਂ ਵੇਖਿਆ ਸਵੇਰ ਦੇ 3 ਵੱਜ ਚੁੱਕੇ ਸਨ 1996 'ਚ ਜਦੋਂ ਸਰਦਾਰ ਹਰਚੰਦ ਸਿੰਘ ਬਰਾੜ ਪੰਜਾਬ ਦੇ ਮੁੱਖ ਮੰਤਰੀ ਸਨ ਭਾਸ਼ਾ ਵਿਭਾਗ ਦਾ ਪੰਜਾਬ ਪੱਧਰ ਦਾ ਸਮਾਗਮ ਮੁਕਤ ਸਰ ਵਿਖੇ ਰੱਖਿਆ ਗਿਆ ਬਰਨਾਲੇ ਤੋਂ ਲੇਖਕਾਂ ਦਾ ਵੱਡਾ ਜਥਾ ਆਇਆ ਸਮਾਗਮ ਤੋਂ ਬਾਅਦ ਅਸੀਂ ਸਾਰੇ ਅਸੀਂ ਮੇਰੇ ਸਹੁਰੇ ਚਲੇ ਗਏ ਬਾਕੀ ਤਾਂ ਚਾਹ ਪਾਣੀ ਪੀ ਕੇ ਚਲੇ ਗਏ ਪਰਨਕੀ ਸਾਹਿਬ ਤੇ ਡਾਕਟਰ ਜਗਿੰਦਰ ਸਿੰਘ ਨਿਰਾਲਾ ਰੁੱਕ ਗਏ ਤੇ ਅਸੀਂ ਤਿੰਨਾਂ ਨੇ ਮਹਿਫਿਲ ਲਾ ਲਈ ਸ਼ਾਮ ਦੇ ਸਮੇਂ ਮੇਰੇ ਚੇਤਕ ਘੋੜੇ ਤੇ ਅਸੀਂ ਕੌਣੀ ਨੂੰ ਜਾ ਰਹੇ ਸੀ ਬਠਿੰਡਾ ਮੁਖ ਸਰ ਸੜਕ ਤੋਂ ਨਸਾਨ ਸੀ ਡਾਕਟਰ ਨਿਰਾਲਾ ਨੂੰ ਜਿਆਦਾ ਚੜ ਗਈ ਸੀ ਤੇ ਉਹ ਸਾਡੇ ਵਿਚਾਲੇ ਬੈਠੇ ਇੱਕ ਸ਼ਾਇਰਾ ਦਾ ਨਾਂ ਲੈ ਲੈ ਕੇ ਬਾਰ-ਬਾਰ ਆਪਣੇ ਸੱਜੀ ਬਾਹ ਉਲਾਰ ਕੇ ਕੋਈ ਦਾਵਾ ਕਰ ਰਹੇ ਸਨ ਖੀਰ ਅਣਖੀ ਸਾਹਿਬ ਨੇ ਉਹਨਾਂ ਦੀ ਬਾਹ ਫੜ ਲਈ ਤੇ ਕਹਿਣ ਲੱਗੇ ਬਸ ਕਰ ਨਿਰਾਲਿਆ ਬਸ ਕਰ ਕੌਣੀ ਜਾ ਕੇ ਨਿਰਾਲਾ ਜੀ ਸਾਨੂੰ ਆਪਣੇ ਕਾਮਰੇਡ ਮਿੱਤਰ ਦੇ ਘਰ ਲੈ ਗਏ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਹਨਾਂ ਨੂੰ ਆ ਰਹੀ ਰਾਤ ਦੀ ਜਾਂ ਸੌਣ ਦੀ ਕੋਈ ਚਿੰਤਾ ਨਹੀਂ ਸੀ। ਅਣਕੀ ਜੀ ਵੀ ਕੌਣੀ ਹੀ ਰਹਿਣਾ ਚਾਹੁੰਦੇ ਸਨ ਪਰ ਮੈਨੂੰ ਹਾਲਾਤ ਦਾ ਪਤਾ ਸੀ ਤੇ ਨਾਲੇ ਇੱਥੇ ਕਿਹੜਾ ਨਿਰਾਲੇ ਦੀ ਘੁੰਡ ਵਾਲੀ ਬੈਠੀ ਸੀ। ਮੈਂ ਉਹਨਾਂ ਨੂੰ ਆਪਣੇ ਪਿੰਡ ਲੈ ਆਇਆ। ਘਰ ਦੇ ਬਾਹਰ ਅੱਗੇ ਆ ਕੇ ਸਕੂਟਰ ਰੋਕਿਆ ਤੇ ਢਾਲ ਦੇ ਪਿੱਛੇ ਦੋ ਭਾਰੇ ਬੰਦੇ ਬੈਠੇ ਹੋਣ ਕਾਰਨ ਸੰਤੋਲਨ ਵਿਗੜ ਗਿਆ। ਮੈਂ ਸਕੂਟਰ ਦੇ ਨਾਲ ਹੀ ਡਿੱਗ ਪਿਆ ਤੇ ਉਹ ਦੋਵੇਂ ਡਿੱਗ ਕੇ ਥੱਲੇ ਨੂੰ ਥੋੜਾ ਜਿਹਾ ਰੁੜ ਗਏ ਰਾਤ ਦਾ ਹਨੇਰਾ ਸੀ ਤੇ ਪਿੰਡ ਦੀ ਫਿਰਨੀ ਤੇ ਕੋਈ ਵੀ ਨਹੀਂ ਸੀ ਚਲੋ ਕਿਸੇ ਨੇ ਵੇਖਿਆ ਨਹੀਂ ਅਣਖੀ ਸਾਹਿਬ ਨੇ ਖੜੇ ਹੋ ਕੇ ਕੱਪੜੇ ਝਾੜਦਿਆਂ ਗਿਆ ਉਹਨਾਂ ਦਾ ਡਰ ਸੱਚ ਸਾਬਤ ਹੋ ਗਿਆ ਸੀ ਦਬੜੀ ਖਾਨਾ ਨਹੀਂ ਤਾਂ ਆਪਣੇ ਪਿੰਡ ਮੈਂ ਉਹਨਾਂ ਨੂੰ ਡੇਗ ਹੀ ਦਿੱਤਾ ਸੀ ਦਿਨ ਚੜ੍ਹ ਆਇਆ ਸੀ ਮੈਂ ਬਰਨਾਲੇ ਜਾਣ ਲਈ ਤਿਆਰ ਹੋਣ ਲੱਗਿਆ ਮੇਰੀਆਂ ਅੱਖਾਂ ਭਰੀਆਂ ਹੋਈਆਂ ਸਨ ਤੇ ਮੈਂ ਮੁਸ਼ਕਲ ਨਾਲ ਰੋਣਾ ਨਿਕਲਣ ਤੇ ਕਾਬੂ ਪਾ ਰਿਹਾ ਸੀ ਅੱਖਾਂ ਤਾਂ ਐ ਭਰੀਆਂ ਜਿਵੇਂ ਪਿਓ ਮਰ ਗਿਆ ਹੁੰਦਾ। ਮੇਰੇ ਚਿਹਰੇ ਵੱਲ ਵੇਖ ਕੇ ਪਤਨੀ ਨੇ ਤੰਜ਼ ਨਾਲ ਕਿਹਾ, "ਹਾਂ, ਅਣਖੀ ਮੇਰਾ ਪਿਓ ਹੀ ਦਾਸੀ, ਸਾਹਿਤਿਕ ਪਿਓ।" ਮੈਂ ਪਤਨੀ ਨੂੰ ਜਵਾਬ ਤਾਂ ਦੇ ਦਿੱਤਾ ਪਰ ਮੇਰੇ ਤੋਂ ਰੋਣ ਤੇ ਕਾਬੂ ਨਾ ਰਿਹਾ ਤੇ ਮੈਂ ਬੱਚਿਆਂ ਵਾਂਗ ਰੋਣ ਲੱਗ ਪਿਆ। ਧੰਨਵਾਦ।